ਸ੍ਰੀਕਾਲ ਦੋਸਤੋ ਇੱਕ ਮੁਲਾਕਾਤ ਆਮਨੇ ਸਾਹਮਣੇ ਪ੍ਰੋਗਰਾਮ ਵਿੱਚ ਤੁਹਾਡਾ ਸਾਰਿਆਂ ਦਾ ਜੀ ਆਇਆਂ ਨੂੰ ਸਵਾਗਤ ਕੀਤਾ ਜਾਂਦਾ ਹੈ ਔਰ ਤੁਹਾਨੂੰ ਹੁਣ ਅੱਜ ਦੇ ਇਸ ਪ੍ਰੋਗਰਾਮ ਵਿੱਚ ਇਹੀ ਮਹਾਨ ਸ਼ਖਸੀਅਤ ਨਾਲ ਮਿਲਾਈ ਹੈ ਜਿਨ੍ਹਾਂ ਨੇ ਆਪਣੇ ਪ੍ਰੋਗਰਾਮ ਵਿੱਚ ਕਾਫੀ ਜ਼ਿਆਦਾ ਸੰਘਰਸ਼ ਕੀਤਾ ਹੈ ਔਰ ਹੁਣ ਤੁਹਾਨੂੰ ਮਿਲਾਉਂਦੇ ਹਾਂ ਸਤਿ ਸ੍ਰੀ ਅਕਾਲ ਸਰ ਜੀ ਆਪਣਾ ਤੁਹਾਡਾ ਨਾਮ ਕਰ ਤੁਸੀਂ ਨਾਮ ਦੱਸ ਮੈਂ ਗੁਰਮੀਤ ਸਿੰਘ ਗੁਰਮੀਤ ਸਿੰਘ ਗੋਗਾ ਗੁਰਮੀਤ ਸਿੰਘ ਗੋਗਾ ਜੀ ਤੁਸੀਂ ਜ਼ਿੰਦਗੀ ਦੇ ਵਿੱਚ ਕੀ ਸੰਘਰਸ਼ ਕੀਤੇ ਨੇ जमींदार किसी लाहौर जिले फिर पाकिस्तान हिंदुस्तान बन तो बाद धक्के धोले खाते रहे जो 2200 रुपये की ढेरी सानू कुछ नहीं चढ़ी कराना इतने मिली 80 किले बढ़ते मिली जेड़े को बेच के कुछ इतने जमीन जमान बनाई बड़े तंग दुखी हो गए छन्ना पाइया बहुत बहुत माड़े हालत रहे पाकिस्तान दस्तान पर बड़े जो ही अखी वेखिया अपने बाद में बड़े इधर ही जी वेंदे रहे बड़िया तंगिया छंगिया बचते रहे हूँ अपनी फैमिली विच केड़े केड़े मैंबर से मौजूद है ना जी अपनी फैमिली विच केड़े केड़े मैंबर है ना देखो साडे ताए चाचे जेड़े सी छे भरा सी ਇਹਨਾਂ ਦੇ ਵਿੱਚੋਂ ਹੁਣ ਦੋ ਸਾਡੇ ਚਾਚੇ ਹੈਗੇ ਕਰਨਲ ਸੀ ਮਿਲਟਰੀ ਬਾਕੀ ਉਹਨਾਂ ਦੇ ਲੜਕੇ ਵੀ ਗਾਹ ਅਮਰੀਕਾ ਬੈਠੇ ਚਾਚੇ ਬਣ ਕੇ ਬਾਕੀ ਸਾਡੇ ਅਸੀਂ ਚਾਰ ਭਰਾ ਹੈ ਉਹ ਵੀ ਠੀਕ ਨੇ ਆਪਣਾ ਗੁਰਮੀਤ ਸਿੰਘ ਆਪਣਾ ਕਾਰੋਬਾਰ ਕੀ ਹੈਗਾ ਜ਼ਿਮੀਂਦਾਰਾ जलंधर आके भी अपना जमीन अपने ਹੋਰ ਪਰਿਵਾਰ ਦੇ ਵਿੱਚ ਬੱਚੇ ਆਪਣੇ ਵਗੈਰਾ ਕਿੰਨੇ ਹੈਗੇ ਨੇ ਜਾਂ ਆਪਣੇ ਵਾਈਫ ਜਿਹੜੇ ਨੇ ਉਹ ਇੱਥੇ ਰਹਿੰਦੇ ਕੋ ਕੀ ਮਤਲਬ ਨਹੀਂ ਉਹ ਇੱਥੇ ਰਹਿੰਦੇ ਵਾਈਫ ਇੱਥੇ ਬੱਚੇ ਆਪਣੇ ਬੱਚੇ ਵੀ ਇੱਥੇ ਇੱਕ ਅਮਰੀਕਾ ਗਿਆ ਹੈ ਬਾਕੀ ਦੋ ਲੜਕੇ ਇੱਥੇ ਪੜ੍ਹਦੇ ਆ ਖੇਤੀਬਾੜੀ ਦਾ ਕਾਰੋਬਾਰ ਤੁਹਾਡਾ ਕੌਣ ਦੇਖਦਾ ਖੇਤੀਬਾੜੀ ਦਾ ਮੈਂ ਖੁਦ ਆਪ ਹੀ ਦੇਖਦਾ ਅੱਛਾ ਬੱਚੇ ਵੀ ਚਲੇ ਜਾਂਦੇ ਆ ਬੱਚੇ ਉੱਥੇ ਪੜ੍ਹ ਕੇ ਹੋ ਗਏ ਇਸ ਤਰ੍ਹਾਂ ਹੋਰ ਆਪਣੇ ਖੇਤੀਬਾੜੀ ਤੋਂ ਹੋਰ ਆਪਣਾ ਕਾਰੋਬਾਰ ਕੋਈ ਹੋਰ ਬਸ ਡੇਰੀ ਹੈ ਅੱਛਾ ਡੇਰੀ ਡੂਰੀ मेहनती ਹੈਰੀ ਸਾਹਿਬ ਦੇ ਨਾਲ ਹੈ ਐਕਸ ਐਮ ਐਲ ਹੈਰੀ ਸਾਹਿਬ ਬਹੁਤ ਵਧੀਆ ਪੁੱਜੇ ਵਧੀਆ ਬੰਦੇ ਆ ਠੀਕ ਹੈ ਅਤੇ ਹੋਰ ਜਦੋਂ ਤੁਸੀਂ ਇਲੈਕਸ਼ਨ ਵਿੱਚ ਸ਼ੁਰੂ ਤੋਂ ਪਾਰਟੀ ਦੇ ਨਾਂ ਦਿਓ ਕਿਤੇ ਪਾਰਟੀ ਦੇ ਇਲੈਕਸ਼ਨ ਵਿੱਚ ਕਿਹੜਾ ਤੁਹਾਨੂੰ ਤੁਸੀਂ ਕੋਈ ਕੋਸ਼ਿਸ਼ ਕੀਤੀ ਜਾਂ ਲੜੇ ਮੈਨੂੰ ਪਾਰਟੀ ਦੇ ਇਲੈਕਸ਼ਨ 'ਚ ਬਾਇਵਾਸ ਪ੍ਰਤਾਪ ਬਾਜੀ ਨੇ ਟਿਕਟ ਦਿੱਤੀ ਸੀ 92 ਦੇ ਵਿੱਚ ਉੱਥੇ ਅੰਮ੍ਰਿਤਸਰ ਆਏ ਸਾਂ ਸੀ ਦਿੱਤੀ ਸੀ ਉਹ ਬਸ ਮੈਂ ਮਿਹਨਤ ਸਹੀ ਕਰਦੇ ਰਹੇ ਹਾਂ ਅਸੀਂ ਰੰਗਰ ਡੰਗਰ ਪਿੰਡਾਂ ਦੇ ਬਾਹਰ ਰੈਲੀਆਂ ਵੀ ਕੀਤੀਆਂ ਨੇ ਬੜੇ ਬਹੁਤ ਜ਼ਿਆਦਾ ਸੰਘਰਸ਼ ਕੀਤਾ ਇਸ ਗੱਲ ਦੇ ਗੰਦੋਂ ਦੇ ਪੈਰ ਅਤੇ ਉਹਦੇ ਤੋਂ ਉਹਨਾਂ ਦੇ ਟਿਕਟ ਦਿੱਤੀ ਫਿਰ ਕਈ ਜਵਾਤਾਂ ਦੇ ਪਤਾ ਉਹ ਜ਼ਿਆਦਾ ਤਬਾਦ ਕਰਕੇ ਫਿਰ ਅਸੀਂ ਕਰੇ ਜੀ ਟਿਕਟ ਤੁਹਾਨੂੰ ਦਿੱਤੀ ਉਹਨੇ ਮਤਲਬ ਟਿਕਟ ਕਿਸ ਪੋਜੀਸ਼ਨ 'ਤੇ ਦਿੱਤੀ ਮਤਲਬ ਕਿਸ ਲੜਨ ਵਾਸਤੇ ਕੀ ਪੋਜੀਸ਼ਨ 'ਤੇ ਮਤਲਬ ਕੋਈ ਐਮਐਲਏ ਦੇ ਐਮਐਲਏ ਔਰ ਜਲੰਧਰ ਵਿੱਚ ਆਉਣ ਦੇ ਬਾਅਦ ਤੁਹਾਨੂੰ ਕਿੰਨਾ ਕੁ ਸੰਘਰਸ਼ ਕਰਨਾ ਪਿਆ ਜਿਹਨੇ ਸਭ ਕੁਝ ਬਣਾਉਣ ਵਾਸਤੇ ਜਾਂ ਸ਼ੁਰੂ ਤੋਂ ਹੀ ਤੁਸੀਂ ਮਤਲਬ ਕਿਸ ਤਰੀਕੇ ਨਾਲ ਦੱਸੋ ਸਾਡੇ ਇੱਥੇ ਵੇਖੋ ਜੀ ਅਸੀਂ ਬੜੀ ਮਿਹਨਤ ਕੀਤੀ ਆਪਣੇ ਜ਼ਿਮੀਂਦਾਰ ਆਪਣੇ ਇੱਥੋਂ ਫਾਰਮ ਲਿਆ ਲਖਨਊ ਲਖਨਊ ਵੇਚ ਕੇ ਜ਼ਮੀਨ ਸ਼ਹਿਰ ਦੇ ਵਿੱਚ ਲਈ ਸੀ ਉੱਥੋਂ ਵੇਚ ਕੇ ਫਿਰ ਇੱਥੇ ਅਸੀਂ ਫਾਰਮ ਇੱਥੇ ਜ਼ਮੀਨ ਜਵਾਉਣ ਇੱਥੇ ਲਈ ਬਾਕੀ ਸਾਡੇ ਸਾਰਾ ਪਰਿਵਾਰ ਵੱਡਾ ਛੇ ਤਾਏ ਚਾਚੇ ਨੇ ਉਹਨਾਂ ਵੀ ਜ਼ਮੀਨ ਕਿਸੇ ਦੀ ਕੋਟਾ ਦੂਰੀ ਹੈ ਕਿਸੇ ਦੀ ਸਾਡੀ ਲਖਨਊ ਦੇ ਕੁਛ ਇਸ ਤਰ੍ਹਾਂ ਹੀ ਕੁਛ ਇੱਥੇ ਲਾਹੌਰ ਆ ਅਤੇ
ਬਟੇਰਾ ਪਿੰਡ ਆ, ਜ਼ਮੀਨ ਆ ਪੋਪੜੀ, ਸਾਰਿਆਂ ਨੇ ਬੜੇ ਸੋਹਣੇ ਢੰਗ ਨਾਲ ਰਹਿ ਰਹੇ ਆ, ਮਿਹਨਤ ਕਰ ਰਹੇ ਆ। ਇਸ ਟਾਈਮ ਤੁਹਾਡੀ ਪਹਿਲਾਂ ਤੁਹਾਡੀ ਕਿੰਨੀ ਜ਼ਮੀਨ ਸੀ ਅਤੇ ਇਸ ਟਾਈਮ ਤੁਹਾਡੀ ਕਿੰਨੀ ਜ਼ਮੀਨ ਹੈ? ਪਾਕਿਸਤਾਨ ਦੇ ਵਿੱਚ ਸਾਡੀ 2200 ਵੀਘਾ ਸੀ। 2200 ਵੀਘਾ ਸੀ, ਠੀਕ ਹੈ। ਹੁਣ ਤਾਂ ਇੱਥੇ ਜਿਹੜੀ ਗਾਂ ਸਾਨੂੰ ਪਈ ਥੋੜ੍ਹੀ ਕੱਟਰਾ ਲਾ ਕੇ 2280 ਕਿੱਲੇ ਸਾਨੂੰ ਬਾਰਡਰ 'ਤੇ ਪਏ ਆ ਅਤੇ ਸਾਰੇ 4-5 ਕਿੱਲੇ ਇੱਥੇ ਸਾਨੂੰ ਪਏ ਆ। ਦੋਸਤੋ, ਬਾਕੀ ਦਾ ਪ੍ਰੋਗਰਾਮ ਬ੍ਰੇਕ ਤੋਂ ਬਾਅਦ ਤੁਹਾਨੂੰ ਲੈ ਕੇ ਨਾ ਫਿਰ ਲੈ ਕੇ ਹਾਜ਼ਰ ਹੋ ਜਾਣਾ ਅਸੀਂ ਪ੍ਰੋਗਰਾਮ ਆਮਨੇ ਸਾਹਮਨੇ ਇੱਕ ਮੁਲਾਕਾਤ ਵਿੱਚ। ਹਰਲੀਨ ਐਰੀਟੈਕ ਡੀਲਸ ਇਨ ਰੈਜ਼ੀਡੈਂਸ਼ੀਅਲ ਲੈਂਡਸਕੇਪਿੰਗ, ਇਰੀਗੇਸ਼ਨ, ਸਪ੍ਰਿੰਕਲ ਸਿਸਟਮ। ਆਫਿਸ ਐਡਰੈਸ: ਨਵੀਂ ਆਬਾਦੀ, ਫਿਲੌਰ, ਡਿਸਟ੍ਰਿਕਟ ਜਲੰਧਰ। ਮੋਬਾਈਲ ਨੰਬਰ 8968303716। ਸਤਿ ਸ਼੍ਰੀ ਅਕਾਲ ਦੋਸਤੋ, ਪ੍ਰੋਗਰਾਮ ਇੱਕ ਮੁਲਾਕਾਤ ਆਮਨੇ ਸਾਹਮਨੇ ਬ੍ਰੇਕ ਤੋਂ ਬਾਅਦ ਫਿਰ ਲੈ ਕੇ ਹਾਜ਼ਰ ਹੋਏ ਹਾਂ ਸਾਡੇ ਨਾਲ ਪ੍ਰੋਗਰਾਮ ਸਟੂਡੀਓ ਵਿੱਚ ਗੁਰਮੀਤ ਸਿੰਘ ਗੋਗਾ। ਗੋਗਾ ਜੀ, ਤੁਸੀਂ ਹੁਣ ਦੱਸੋ ਕਿ ਜ਼ਮੀਨ ਦੀ ਇਸ ਟਾਈਮ ਤੁਹਾਡੇ ਕੋਲ ਕਿੰਨੀ ਕੁ ਜ਼ਮੀਨ ਹੈ? ਇਸ ਟਾਈਮ ਸਾਡੇ ਕੋਲ ਤਿੰਨਾਂ ਭਰਾਵਾਂ ਕੋਲ 2 ਕੋਲ ਹੈਗੀ 55-60 ਏਕੜ। ਉਸ 'ਤੇ ਤੁਸੀਂ ਕਿਸ ਕਿਸ ਚੀਜ਼ ਦੀ ਖੇਤੀ ਕਰਦੇ ਹੋ? ਕਣਕ ਬੀਜੀ ਦੀ, ਝੋਨਾ ਵੀ ਬੀਜੀ ਦਾ, ਮੱਕੀ ਵੀ, ਮਤਲਬ ਕਿ ਸਾਰੀ ਖੇਤੀ ਕਰਦੇ। ਇਹਨਾਂ ਬਾਰੇ ਤੁਹਾਨੂੰ ਸ਼ੁਰੂ ਤੋਂ ਹੀ ਜ਼ਿਆਦਾ ਤਜਰਬਾ ਸੀ ਖੇਤੀ ਬਾਰੇ? ਹਾਂਜੀ, ਬਚਪਨ ਤੋਂ ਹੀ ਅਸੀਂ ਜਾਣਦੇ ਹਾਂ। ਹੁਣ 2017 ਦੀ ਜਿਹੜੀ ਕਾਂਗਰਸ ਸਰਕਾਰ ਦੇ ਮਤਲਬ ਜੋ ਇਲੈਕਸ਼ਨ ਹੋ ਰਹੇ ਨੇ, ਉਹਨਾਂ ਬਾਰੇ ਤੁਸੀਂ ਕਾਂਗਰਸ ਮਤਲਬ ਕਿਸ ਤਰੀਕੇ ਨਾਲ ਤੁਸੀਂ ਕੀ ਚਾਹੁੰਦੇ, ਕਿਸ ਤਰੀਕੇ ਨਾਲ ਕਰੋਗੇ ਇਲੈਕਸ਼ਨ ਦੇ ਵੋਟਾਂ ਬਾਰੇ? ਨਹੀਂ, ਇਲੈਕਸ਼ਨ ਦੇ ਵੋਟਾਂ ਬਾਰੇ ਪੂਰਾ ਇਗਨੋਰ ਲੱਗੇਗਾ। ਸਰਕਾਰ ਸਾਡੀ ਆਏਗੀ ਜਿਹੜਾ ਇਹਨਾਂ ਨੇ, ਅਤੇ ਇਸ ਟਾਈਮ ਅਕਾਲੀ BJP ਨੇ ਅਤੇ ਪੰਜਾਬ ਦੇ ਵਿੱਚ ਇਹਨਾਂ ਲੋਕਾਂ ਦਾ ਬਹੁਤ ਅੱਤਿਆਚਾਰੀ ਕੀਤੀ, ਝੂਠੇ ਮੁਕਦਮੇ ਪਾਏ ਨੇ, ਲੋਕ ਗਰੀਬ ਜਨਤਾ ਇੰਨੀ ਦੁਖੀ ਹੈ, ਰੇਤਾ ਬਜਰੀ ਦੇ ਪਰੇਸ਼ਾਨ ਆ, ਮਜ਼ਦੂਰ ਘਰ ਬੈਠੇ ਆ, ਨਾ ਰੇਤਾ ਵਿਕੇ ਨਾ ਮਜ਼ਦੂਰ ਕੰਮ ਕਰਨ, ਇੱਟਾਂ ਹਰ ਚੀਜ਼ ਦਾ ਇਹਨਾਂ ਨੇ ਫੜ ਕੇ ਬੇੜਾ ਕਰਤਾ, ਪੰਜਾਬ ਨੂੰ ਇਹਨਾਂ ਨੰਗ ਕਰਕੇ ਰੱਖਤਾ। ਜਿਹੜੀਆਂ ਜਾਇਦਾਦਾਂ 50 ਲੱਖ ਦੀ ਸੀ, ਉਹ ਇਸ ਟਾਈਮ 14 ਲੱਖ ਦੀ ਹੋ ਗਈ। ਹਰ ਚੀਜ਼ ਜਿਹੜੀ ਇਹਨਾਂ ਨੇ ਫੜ ਕੇ, ਇਹਨਾਂ ਨੇ ਇਹਨਾਂ 8-7 ਸਾਲਾਂ 'ਚ ਪੰਜਾਬ ਨੂੰ ਖਾਕ ਸ਼ਾਹ ਕਰਤਾ। ਬਾਏ ਨਵੇਂ ਨਵੇਂ ਪ੍ਰੋਗਰਾਮ ਕਹੀ ਜਾਂਦੇ ਜੀ, ਇੱਥੇ ਉਦਘਾਟਨ ਕਰਤਾ 1 ਕਰੋੜ ਦਾ, ਇੰਨੇ ਉਹ ਕਰੋੜ ਨਾ ਹੀ ਰਹਿ ਜਾਣੇ ਇਹਨਾਂ ਦੇ। ਹੁਣ ਇਹਨਾਂ ਦਾ ਹੱਥ ਅਤੇ ਖੁਦਾ ਦਾ ਵਹਿਰ ਹੁੰਦਾ, ਇਹਨਾਂ ਦਾ ਪੱਠਾ ਬਹਿ ਜਾਣਾ ਇਹਨਾਂ ਜੋ ਇਹ ਕਰ ਰਹੇ ਨੇ। ਗੁਰਮੀਤ ਸਿੰਘ ਗੋਗਲ ਜੀ, ਸਾਡੀ ਜਨਤਾ ਇਹ ਵੀ ਜਾਣਨਾ ਚਾਹੁੰਦੀ ਕਿ ਜਿਹੜੇ ਹੁਣ ਕੇਜਰੀਵਾਲ ਨੇ ਪ੍ਰਕਰਮਾ ਦੇ ਵਿੱਚ ਜੋ ਝਾੜੂ ਰੱਖਿਆ ਸੀ, ਇਸ ਬਾਰੇ ਮਤਲਬ ਤੁਹਾਡਾ ਕੀ ਰੱਖਿਆ ਸੀ, ਇਸ ਬਾਰੇ ਤੁਹਾਡਾ ਕੀ ਕਹਿਣਾ ਹੈ, ਕੀ ਵਿਚਾਰ? ਦੇਖੋ ਜੀ, ਇਹਨਾਂ ਦਾ ਵੀ ਬੋਲਬਾਲਾ ਜਿਹੜਾ ਆ ਮਾੜਾ ਹੀ, ਇਹਨਾਂ ਦਾ ਜਿਹੜਾ ਇਹਨਾਂ ਕੰਮ ਕੀਤਾ ਬਹੁਤ ਮਾੜਾ ਕੀਤਾ, ਇਹ ਚੰਗਾ ਨਹੀਂ ਕੀਤਾ। ਕੇਜਰੀਵਾਲ ਸਾਹਿਬ ਨੇ ਜਿਹੜਾ ਇਹ ਕੀਤਾ ਜਾਂ ਇਹਨਾਂ ਦੇ ਬੰਦੇ ਕਰ ਰਹੇ ਆ, ਉਹ ਅੱਛਾ ਨਹੀਂ ਕਰ ਰਹੇ। ਕਰਦੇ ਕੁਛ ਨੇ, ਬੋਲਦੇ ਕੁਛ ਨੇ, ਇਹਨਾਂ ਦੀ ਜਿਹੜੀਆਂ ਨੀਤੀਆਂ ਨੇ ਉਹ ਮਾੜੀਆਂ ਨੇ। ਇੱਕ ਸਭ ਤੋਂ ਵੱਡੀ ਗੱਲ ਤਾਂ ਇਹਨਾਂ ਦਾ ਕੋਈ ਲੀਡਰ ਹੀ ਨਹੀਂ ਗਾ, ਕੋਈ ਇਸ ਪੰਜਾਬ ਦੇ ਵਿੱਚ ਕੋਈ ਲੀਡਰ ਨਹੀਂ ਗਾ। ਕੋਈ ਲੋਕ ਦੇਖਦੇ ਵੀ ਕੀ ਨੇ ਕਰਦੇ, ਕਦੀ ਹਵਾ ਚੜ ਜਾਂਦੀ, ਕਦੀ ਬਹਿ ਜਾਂਦੀ, ਕੋਈ ਖਾਸ ਇਹਨਾਂ ਦਾ ਨਹੀਂ ਗਾ। ਜਿਹੜੀ ਕਾਂਗਰਸ ਸਰਕਾਰ ਹੈ, ਇਸ ਤੋਂ ਬਿਨਾਂ ਪੰਜਾਬ ਚੱਲ ਹੀ ਨਹੀਂ ਸਕਦਾ, ਸਾਰਾ ਪੰਜਾਬ ਹੀ ਰੋ ਰਿਹਾ ਇਸ ਵੇਲੇ। ਜਿਹੜੇ ਗਰੀਬ ਜਨਤਾ ਬੜੀ ਦੁਖੀ ਹੈ ਹੁਣ। ਹਾਂਜੀ ਗੁਰਮੀਤ ਸਿੰਘ ਜੀ, ਇਹੋ ਜਿਹਾ ਮਤਲਬ ਕਾਂਗਰਸ ਸਰਕਾਰ ਨੇ ਕੀ ਨਹੀਂ ਕੀਤਾ ਜਾਂ ਕੀ ਕੀਤਾ ਸੀ ਕਿ ਮਤਲਬ ਜਨਤਾ ਨੂੰ ਇਸ ਵਾਰੀ ਕਾਂਗਰਸ ਸਰਕਾਰ ਨੂੰ ਪਿੱਛੇ ਛੱਡਣਾ ਪਿਆ? ਦੇਖੋ ਜੀ, ਇਹ ਥੋੜ੍ਹੇ ਜਿਹੀਆਂ ਕੁਛ ਨੀਤੀਆਂ ਜਿਹੜੀ ਸਾਡੀ ਸੈਂਟਰ ਸਰਕਾਰ ਦੇ ਵਿੱਚ, ਅਸੀਂ ਬਾਹਰਲੀਆਂ ਪਾਰਟੀਆਂ ਦੇ ਕੁਛ MP ਸਾਡੇ ਨਾਲ ਜੁੜੇ ਸੀ ਜਿਹੜੇ, ਉਹਨਾਂ ਨੇ ਘੁਟਾਲੇ ਕੀਤੇ ਆ। ਕਿਉਂ? ਸਰਦਾਰ ਮਨਮੋਹਨ ਸਿੰਘ ਤਾਂ ਬਹੁਤ ਅੱਛੇ ਅਤੇ ਬੜੇ ਸੋਝਲੇ, ਜਿਨ੍ਹਾਂ ਨੂੰ ਅੱਜ ਵੀ ਪੁੱਛਿਆ ਜਾ ਰਿਹਾ ਵੀ ਕੀ ਕਰਨਾ, ਕੀ ਕਿਹੜੀ ਸਕੀਮ ਬਣਾਉਣੀ, ਕਿਹੜੇ ਮੁਲਕਾਂ ਨਾਲ ਗੱਲ ਕੀ ਕਰਨੀ ਹੈ। ਬਾਕੀ ਉਹਨਾਂ ਦੇ ਨਾਲ ਉਹਨਾਂ ਨੇ ਕੁਛ ਧੋਖੇ ਕੀਤੇ ਜਿਹੜੇ ਨਾਲ ਸਾਡੇ ਪਾਰਟੀਆਂ ਰਲੀਆਂ ਸੀ। ਬਾਕੀ ਕੋਈ ਸਰਦਾਰ ਮਨਮੋਹਨ ਸਿੰਘ, ਸੋਨੀਆ ਜੀ, ਰੋਲ ਇਹ ਕੋਈ ਮਾੜੇ ਨਹੀਂ, ਨਾ ਇਹਨਾਂ ਕੀਤਾ ਹੀ ਹੈ ਅੱਜ ਤੱਕ ਮਾੜਾ, ਅਤੇ ਨਾ ਇਹ ਕਰ ਹੀ ਰਹੇ ਆ। ਸਿਰਫ ਸਾਡੇ ਨਾਲ ਜਿਹੜੀ ਬਾਹਰਲੇ ਨਾਲ ਸਾਡੇ ਰਲਾ ਕੇ ਸਰਕਾਰ ਚਲਾਈ, ਉਹਨਾਂ ਨੇ ਸਾਰਾ ਘੁਟਾਲੇ ਕੀਤੇ, ਸਾਡੀ ਸਰਕਾਰ ਨੇ ਨਹੀਂ ਕੀਤੇ। ਅੱਛਾ, ਦੇਖੋ ਜਦੋਂ ਮਤਲਬ ਕੋਈ ਵੀ ਗੁਰਮੀਤ ਸਿੰਘ ਹੋ ਗਏ, ਜਦੋਂ ਕੋਈ MLA ਬਣ ਜਾਂਦਾ ਹੈ, ਜੇ ਕੋਈ ਮਿਨਿਸਟਰ MP ਵਗੈਰਾ ਬਣ ਜਾਂਦਾ, ਕੋਈ ਬਣ ਜਾਂਦਾ, ਜਦੋਂ ਲੱਗਦਾ ਕਿ ਉਸ ਜਨਤਾ ਨਾਲ ਉਸਨੇ ਘੁਟਾਲੇ ਕੀਤੇ ਨੇ, ਸਰਕਾਰ ਚੇਂਜ ਹੋ ਜਾਂਦੀ ਹੈ, ਹਾਂਜੀ ਹਾਂਜੀ, ਫਿਰ ਉਸ ਘੁਟਾਲਿਆਂ ਦਾ ਕੀ ਕੀਤਾ ਜਾਂਦਾ ਕਿ ਮਤਲਬ ਉਹਨੂੰ ਛੱਡ ਦਿੱਤਾ ਜਾਂਦਾ ਹੈ, ਜਿਸ ਤਰ੍ਹਾਂ ਫਿਰ ਇੱਦਾਂ ਚੱਲਦਾ ਰਹੇਗਾ, ਜਿੰਨਾ ਮਰਜ਼ੀ ਜੋ ਘੁਟਾਲਾ ਕਰਦਾ ਰਹੇ, ਫਿਰ ਸਰਕਾਰ ਨੂੰ ਉਹਦੇ ਵਿੱਚ ਕੋਈ ਨੁਕਸਾਨ ਨਹੀਂ ਹੁੰਦਾ? ਨੁਕਸਾਨ ਨਹੀਂ ਪੈਸਾ ਸਰਕਾਰ ਕੋਲ, ਕਿ ਜਿਹੜੀ ਮਤਲਬ ਜਿਹੜਾ MP ਬਣ ਜਾਏ, ਜਿਹੜਾ ਵੀ MLA ਮਿਨਿਸਟਰ ਬਣ ਜਾਏ, ਉਹ ਜਿੰਨਾ ਮਰਜ਼ੀ ਆਪਣੀ ਮਰਜ਼ੀ ਨਾਲ ਘੁਟਾਲਾ ਕਰਦੇ ਰਹੇ, ਕੋਈ ਐਕਸ਼ਨ ਸਰਕਾਰ ਨੂੰ ਇਸ ਤੋਂ ਬਾਅਦ ਐਕਸ਼ਨ ਲੈ ਸਕਦੀ ਕਿ ਲੈਂਦੀ ਕਿ ਨਹੀਂ? ਲੈਂਦੀ ਹੈ ਜੀ, ਖਾਸ ਨਹੀਂ ਕੋਈ, ਇਹ ਸਭ ਰਲੇ ਮਿਲੇ ਹੀ ਹੁੰਦੇ ਆ, ਇਹਨਾਂ ਦਾ ਕੋਈ ਖਾਸ ਇਹਨਾਂ ਦੀ ਕੋਈ ਗੱਲਬਾਤ ਨਹੀਂ ਆ। ਬੱਚੇ ਇਹ
चाचे भतीजे ही होंगे ने मतलब कि जी कह गल आप कहे वो साडा तो एरिए जरा साडा एम एल ए जरा हैरी साहब आ इन्हें अज तक ना कोई कांग्रेसी ना कोई अकाली बीजेपी ने एक भी इन्हों से नहीं लगा इल्जाम भी जरा इन्होंने इलाके गरीब गुरबा कोई भी इन्ना को माड़ा किया हो साढ़े च चौदह चौदह फुट टोए से जिन्ना विकास इस एरिए किया इन्हें बाकी भी जिन्ना इन्हें किया बस्तियाँ इधर कोई भी नहीं कर सकता और ना योजा कोई एम एल ए आ ही सकता मिनिस्टर जो हैरी साहब ने जो करता जो वधिया बंदे ने जिन्हें काम कर इन्होंने लोगों गरीबों का सुनते भी हैं देखो पानी के दे बिल इन्ह माफ कर छे जिन्हें च रहे अज तक इन्हों बिल हूँ भी कहें भी ना दो पानी का बिल गरीबों को कहते जिन्हें कि मान लो कि हैनी साहब मौजूदा एम एल ए से जो मौजूदा हाँ जी हाँ जी उन्होंने मेन की काम कराए जिस जनता उन्होंने तो अजे भी खुश है ना हाँ जी उदा की काम कराए उन्होंने देखो जी जिक इलाका जिन्ना सी उन्होंने टाइम से सारा ही माड़ा सी टोए टिब्बे सड़क से कोई बुरी हालत सीवरेज नाले ये साडा एरिया किशनपुरे का इधर सारा डुब्बा रहा है गंदा पानी जरा सारे फिरता बशीरपुरा एरिया उन्होंने उत्थे जोर पा के पंजाब गौरमेंट उ लड़के कि वाला ना क्या तोड़ पर जा जमशेर जरा कि पानी सारा समेटा गया और यहोजे काम उन्हें बहुत किए ने जोड़े कि सोचा की गल ही कोई सोच ही नहीं सकता हूँ भी जोड़े एम एल ए वेखो तीन दस रुपये पांच रुपये लट्ठा बेचने वाले या अपना सीटा बेचने वाले कपड़ा बेचने वाले वो अज दो दो सौ करोड़ की जायदाद बनाई बैठे ने सत्त अठ साल इस जट ने हैरी साहब ने मुठ तो लैके ही अज तक अपना पूरी कामयाबी बसा दे रही और पूरा अपने टेंडर पा के मेहनत कुदरत ने हाथ रखिया कोई माड़ा कोई बंदा कह नहीं सकता कि इन्होंने माड़ी की या कि सरकार का पैसा खाधा या किसी आदमी का पैसा खाधा जरा काम भी करा जरूरत ना कराया पुलिस तो भी कह के काम करो ये काम होना चाहिए और ये नहीं है भी दोगली नीति इन्होंने भी किसी को कह गया नहीं नहीं कर ली देख ली देखने वाला काम नहीं जिदा कि हर इलैक्शन के कांग्रेस तो बंदे टुट के बीजेपी वाल जाते हैं अकाली वाल जाते हैं उन्होंने को कोई ना कोई बीजेपी अकाली वाले किसी ना किसी को आते हैं क्या थोड़े भी इदा के कोई इदा ने होर दूजी पार्टी थोड़े को भी ऑफर आस्ते है कि तुम साढ़े शामिल हो इस तरह के कोई हो देखो जी साढ़े को बड़े बड़े आए बीजेपी के बंदे आए साढ़े उत्ते केस इन्हों पाए ने साढ़े उत्ते सू दबाने की खातर छे छे सत सत केस नजायज बनाए साढ़े उत्ते और असी इस चीज़ की नहीं कोई परवाह की अं क्या भी अं कांग्रेस ही कांग्रेस रहेंगे वो कांग्रेस की एक चीज़ है बाकी साडा बंदा जरा हैरी साहब वो कोई मुकाबला भी नहीं कर सकता मतलब कि साढ़े से बड़ा प्रभाव रहा है सानू जिहड़ा लालच दे के भी कहिंदे ने भी साडे लाओ पर असी नहीं मन्ने इस गल नूं साढ़े उत्ते झूठे केस पाए ने अज तक प्रभाव प्रभाव रहे हैं अगर 2017 में ਤੁਹਾਡੀ ਸਰਕਾਰ ਕਾਂਗਰਸ ਸਰਕਾਰ ਆ ਜਾਂਦੀ ਹੈ ਤੇ ਹੁਣ ਤੁਸੀਂ ਇਦਾਂ ਦਾ ਨਵਾਂ ਕੀ ਕਰੋਗੇ ਕਿ ਦੁਬਾਰਾ ਤੁਹਾਨੂੰ ਮਤਲਬ ਜਿਹੜੀ ਪਿਛਲੇ ਦੀ ਹਾਰ ਦੀ ਉਹ ਵੇਖਣੀ ਪਈ ਹੈ ਦੁਬਾਰਾ ਨਾ ਵੇਖਣੀ ਪਈ ਹੁਣ ਕੀ ਅਕਸਰ ਕਰੋਗੇ ਤੁਸੀਂ ਵੇਖੋ ਜੀ ਕੰਮ ਤੇ ਹੁਣ ਅੱਗੇ ਵੀ ਚੰਗਾ ਸੀ ਕਰਦੇ ਇਹ ਆ ਵੀ ਥੋੜਾ ਜਿਹਾ ਦੁਨੀਆ ਦਾ ਹੁੰਦਾ ਮਾਹੌਲ ਅਸੀਂ ਸਾਰੇ ਕੰਮ ਅੱਗੇ ਵੀ ਚੰਗੇ ਕੀਤੇ ਹੁਣ ਵੀ ਚੰਗੇ ਕਰਾਂਗੇ ਔਰ ਕਰ ਰਹੇ ਨੇ ਔਰ ਬਾਕੀ ਇਹ ਵੀ ਹੁਣ ਤੇ ਤੁਸੀਂ ਘਰ ਘਰ ਜਾ ਕੇ ਦੇਖ ਲਓ ਪੰਜਾਬ ਦੇ ਵਿੱਚ ਜਿਹੜੇ ਕਿ ਲੋਕਾਂ ਦੇ ਘਰ ਚੁੱਲ੍ਹਾ ਵੀ ਬਣਨਾ ਔਖਾ ਹੋ ਗਿਆ ਰੋਟੀ ਪਾਣੀ ਤੋਂ ਦੁਨੀਆ ਗਰੀਬ ਜਿਹੜੀ ਹੈ ਬੁਰੀ ਹਾਲਤ ਆ ਬਹੁਤ ਹੀ ਮਾੜਾ ਹਾਲਤ ਆ ਦੇਖੋ ਤੁਸੀਂ 300 ਰੁਪਈਏ ਨਾਲ ਕੀ ਬਣਦਾ ਜੇ ਦਿਹਾੜੀ ਮਿਲੇਗੀ ਕਿਸੇ ਨੂੰ ਉਹਦੇ ਨਾਲ ਦੁੱਧ ਲਿਆਏਗਾ ਬੱਚੇ ਪਾਲੇਗਾ ਆਟਾ ਲਿਆਵੇਗਾ ਕਿਰਾਇਆ ਦੇਵੇਗਾ ਤਿੰਨਾਂ ਜਾਣਿਆਂ ਵਾਸਤੇ ਉਹ ਕੀ ਕਰੇਗਾ 300 ਰੁਪਈਏ ਨਾਲ ਬਣਦਾ ਕੀ ਹੈ ਲੋਕ ਬੜੇ ਦੁਖੀ ਨੇ ਚੀਕਾਂ ਮਾਰ ਰਹੇ ਨੇ ਇਹਨਾਂ ਸਰਕਾਰ ਨੂੰ ਬੀਜੇਪੀ ਅਕਾਲੀ ਸਰਕਾਰ ਨੂੰ हरलीन एरीटेक डील्स इन रेजिडेंशियल लैंडस्केपिंग इरिगेशन स्प्रिंकल सिस्टम ऑफिस एड्रेस नवी आबादी फिलौर डिस्ट्रिक्ट जलंधर मोबाइल नंबर 8968303716 ब्रेक तो बाद फिर लेके प्रोग्राम हाजिर हो एक मुलाकात हमने सामने विच गुरमीत सिंह गोगा जी हम बुलाने के सामने गुरमीत सिंह जी दसो तुसीं कि जे जदों दादू वाली सिंह 17 तरीक नूं जो
ਸ਼ਾਂਤੀਪੂਰਵਕ ਧਰਨੇ ਵਾਲੇ ਦੱਸਿਆ, ਇਸ ਬਾਰੇ ਤੁਸੀਂ ਕੁਝ ਜਾਣਦੇ ਹੋ, ਦੱਸਣਾ ਚਾਹੁੰਦੇ ਹੋ ਜਨਤਾ ਨੂੰ? ਨਹੀਂ, ਉਹ ਤੇ ਜਿਹੜਾ ਕਰ ਰਹੇ ਆ ਦਾਤੂਆ ਸਾਹਿਬ ਬਹੁਤ ਵਧੀਆ ਕਰ ਰਹੇ ਆ, ਔਰ ਉਹ ਇੱਕ ਧਾਰਮਿਕ ਜਿਹੜਾ ਮਹਾਰਾਜ ਦੀ ਬੇਦਬੀ ਕਰਕੇ ਉਹ ਪੂਰਾ ਕਰ ਰਹੇ ਆ, ਵੀ ਇਹਨਾਂ ਦਾ ਲੱਭਣਾ ਚਾਹੀਦੇ ਬੰਦੇ, ਪਰ ਉਹਦੇ ਵਿਚਾਰੇ ਅੱਥਰੂ ਸੁੱਟਦੇ ਆ, ਲੋਕ ਇਕੱਠੇ ਹੁੰਦੇ ਆ, ਪਰ ਇਹ ਦਬਾਉਂਦੇ ਆ ਵਿੱਚੋਂ ਵਿੱਚੋਂ ਲੋਕਾਂ ਨੂੰ, ਕਹਿੰਦੇ ਤੁਹਾਡੇ ਦੇ ਪਰਚੇ ਕਰਾ ਦੇ ਜੇ ਦਾਦੂ ਵੱਲ ਨਾ ਗਏ, ਫਿਰ ਰਾਹ ਦੇ ਵਿੱਚ ਨਾਕੇ ਲਾ ਦਿੰਦੇ ਆ, ਪੁਲਿਸ ਦੇ ਨਾਕੇ ਲਵਾ ਕੇ ਵੀ ਬੱਸਾਂ ਬੰਦ ਕਰ ਦਿੰਦੇ ਆ, ਬੜਾ ਕੁਛ ਇਹਨਾਂ ਨੇ ਕਈ ਹੱਥ ਕੰਡੇ ਜਿਹੜੇ ਆ ਇਹ ਪਾਉਂਦੇ ਵੀ ਇਹ ਕਾਮਯਾਬ ਨਾ ਹੋਵੇ, ਇਹ ਇਹ ਚੀਜ਼ ਵਾਸਤੇ ਬਹੁਤ ਜ਼ਿਆਦਾ ਇਹ ਕਰ ਰਹੇ ਆ, ਇਹ ਧੱਕਾ ਕਰ ਰਹੇ ਜੀ ਪੰਜਾਬ ਨਾਲ। ਹਰਿਮੰਦਰ ਸਾਹਿਬ ਵਾਲਾ ਵੀ ਆਡ ਬਰਗਾੜੀ ਕਾਰਨ ਡਿਆ, ਵੀ ਇਹਨਾਂ ਖੁਦ ਆਪ ਕਰਾਇਆ ਲੋਕਾਂ ਦਾ ਉੱਧਰ ਧਿਆਨ ਦੇਣ ਲਈ, ਪਰ ਇਹਨਾਂ ਦੇ ਹੱਥੋਂ ਇਹ ਗੱਲ ਨਿਕਲ ਗਈ ਹੈ, ਇਹ ਵੀ ਇਹਨਾਂ ਆਪ ਹੀ ਕਰਾਇਆ। ਉਦੋਂ ਜਦੋਂ ਜ਼ਿਮੀਂਦਾਰ ਮਰ ਰਹੇ ਸੀ ਧਰਨਾ ਦੇ ਰਹੇ ਸੀ, ਉਹ ਪਹਿਲਾਂ ਸ਼ਾਸਤਰਾਂ ਦਾ ਕੰਮ ਚਲਾ ਦਿੱਤਾ, ਇਹਨਾਂ ਸ਼ਾਸਤਰ ਨੇ ਸ਼ੁਰੂ ਕਰਾ ਦਿੱਤਾ, ਦੁਨੀਆਂ ਨੂੰ ਮੱਥੇ ਟਿਕਾਉਣ ਅਤੇ ਨਾਲੇ ਕਰੋੜਾਂ ਰੁਪਈਏ ਬਣਾ ਲਏ, ਅਤੇ ਉਹੋ ਹੀ ਬੱਸ ਹੁਣ ਖਲੋਤੀ ਜੀ ਉੱਥੇ ਅਨੰਦਪੁਰ ਸਾਹਿਬ ਜੀ ਨੂੰ ਘੱਟਾ ਪਿਆ ਪੁੱਛਦੇ ਨਹੀਂ, ਉਹਨੂੰ ਬੱਸ ਮੱਥੇ ਟਿਕਦੇ ਸੀ। ਇਹਨਾਂ ਦੀ ਇੱਕ ਚਾਲਾਂ ਨੇ, ਇਹ ਹੱਥ ਕੰਡੇ ਹਰ ਪਾਸਿਓਂ ਮਾਰਦੇ ਨੇ ਵੀ ਇੱਧਰ ਹੋ ਜਾਏ ਇੱਧਰ ਹੋ ਜਾਏ, ਲੋਕਾਂ ਨੂੰ ਦਬਾਉਣ ਵਾਸਤੇ ਅਤੇ ਉਹਨਾਂ ਨੂੰ ਭਰਮਾਉਣ ਵਾਸਤੇ ਇਹ ਕੰਮ ਕਰਦੇ ਨੇ। ਚਲੋ ਗੁਰਮੀਤ ਸਿੰਘ ਗੋਗਾ ਜੀ, ਹੁਣ ਦੱਸੋ ਆਪਣੀ ਫੈਮਿਲੀ ਦੇ ਵਿੱਚ ਜੋ ਤੁਹਾਡੇ ਵਾਈਫ ਜੀ ਹੈ, ਤੁਹਾਡੇ ਫੈਮਿਲੀ ਵਿੱਚ ਵਾਈਫ ਜੀ ਤੁਹਾਡੇ ਨਾਲ ਕਿੰਨਾ ਕੁ ਇਸ ਖੇਤੀਬਾੜੀ ਦੇ ਕੰਮ 'ਚ ਕਿੰਨਾ ਕੁ ਹੱਥ ਜ਼ਿਆਦਾ? ਨਹੀਂ ਜੀ, ਬਹੁਤ ਜ਼ਿਆਦਾ ਉਹ ਸਾਰਾ ਨੌਕਰਾਂ ਦਾ ਅੰਨ ਪਾਣੀ ਵੀ ਕਰਨਾ, ਇੱਥੇ ਜੇ ਡੰਗਰ ਲੱਗੇ ਮੱਝਾਂ ਪਾਉਣ ਉਹ ਵੀ ਦੇਖਣਾ ਦੁੱਖਣਾ ਸਾਰਾ, ਬਾਕੀ ਬੱਚਿਆਂ ਨਾਲ ਲੈ ਕੇ ਫਾਰਮ 'ਤੇ ਵੀ ਜਾਂਦੇ ਆ, ਦੇਖਭਾਲ ਕਰਦੇ ਆ, ਸਾਰਾ ਦੇਖਣਾ ਪੈਂਦਾ ਜੀ। ਤੁਸੀਂ ਸਕੂਲ ਟਾਈਮ ਵੀ ਗਏ ਹੋਵੋਗੇ? ਹਾਂਜੀ, ਮੈਂ ਤੇ ਉਹ 10-11 ਜਮਾਤ ਵਿੱਚ ਪੜਿਆ। 10-11 ਜਮਾਤ ਵਿੱਚ ਸ਼ਾਇਦ ਬਾਬਾ ਜੀ ਉਹਦੇ ਤੋਂ ਸਮੇਂ 'ਚ ਇਸ ਟਾਈਮ ਸ਼ਾਇਦ ਬੀਏ ਦੇ ਪ੍ਰੋਗਰਾਮ ਹੁੰਦੀ ਹੋਣਾ। ਹਾਂਜੀ ਹਾਂਜੀ ਠੀਕ। ਸਕੂਲ ਟਾਈਮ ਜਾਂਦੇ ਤੁਸੀਂ ਮਤਲਬ ਕਿ ਰੈਗੂਲਰ ਸਕੂਲ ਜਾਂਦੇ ਕਿ ਮਤਲਬ ਕੁਛ ਬਹਾਨੇ ਮਾਰ ਕੇ ਬੱਚਿਆਂ ਨਾਲ ਮਤਲਬ ਆਪਣੇ ਦੋਸਤਾਂ ਯਾਰਾਂ ਨਾਲ ਵੀ ਕਿਤੇ ਐਂਟਰਟੇਨਮੈਂਟ ਖੇਲਣ ਬੋਲ ਜਾਂਦੇ? ਨਹੀਂ, ਬਹਾਨਾ ਹੀ ਮਾਰ ਕੇ ਵਿੱਚੋਂ ਛੁੱਟੀ ਦੇ ਟਾਈਮ ਭੱਜ ਜਾਣਾ ਅਤੇ ਜਾਣਾ ਖੇਡਣਾ, ਚਾਹੇ ਨਾ ਘਰੋਂ ਕਹਿਣਾ ਪੜ੍ਹਨ ਗਏ ਪੜ੍ਹਨਾ ਜਾਣਾ, ਮਤਲਬ ਇਹ ਉਦੋਂ ਉਹਨਾਂ ਦਿਨਾਂ 'ਚ ਇੱਕ ਗਰੀਬੀ ਦੇ ਹਾਲਾਤ ਵੀ ਇਹੋ ਜਿਹੇ ਹੁੰਦੇ ਸੀ, ਟਾਈਮ ਵੀ ਇਹੋ ਜਿਹਾ ਹੁੰਦਾ ਸੀ, ਅਤੇ ਕੁਛ ਆਣ ਕੇ ਮਾਰ ਡੰਗਰ ਨੂੰ ਵੇਖਣਾ, ਕਹਿਣਾ ਵੀ ਨਾ ਹੀ ਪੜ੍ਹਨੇ ਪੜ੍ਹਿਆ ਜਾਵੇ, ਡੰਗਰਾਂ ਨੂੰ ਧਿਆਨ ਰੱਖੀਏ, ਪਏ ਉਹ ਆਖੀਆਂ ਪੱਟੇ ਲੈ ਉਹ ਜਾ ਕੇ ਇਹ ਕਰ ਲਓ ਆਹ ਕਰ ਲਓ, ਇਹ ਜ਼ਿਆਦਾ ਬਚਪਨ ਹੁੰਦਾ ਉਹ ਪੜ੍ਹਾਈ। ਹੁਣ ਸੋਚਦੇ ਵੀ ਅਸੀਂ ਪੜ੍ਹ ਜਾਂਦੇ ਬੀ ਏ ਐੱਮ ਏ ਕਰ ਜਾਂਦੇ ਅਤੇ ਗੱਲ ਸੀ, ਪਰ ਉਹ ਗੱਲਾਂ ਜਿਹੜੀਆਂ ਚਲੋ ਜੋ ਕੁਦਰਤ ਕਰਦੀ ਹੈ, ਹੁਣ ਪੋਲਟਿਕਸ ਦੇ ਵਿੱਚ ਅਸੀਂ ਸਾਡਾ ਸਾਹਿਬ ਆ ਨਹੀਂ ਸਾਹਿਬ ਉਹਦੇ ਨਾਲ ਜੁੜੇ ਅਸੀਂ, ਉਹ ਜੇ ਦਿਨ ਕਹਿਣ ਦਿਨ ਰਾਤ ਕਹਿਣ ਅਤੇ ਰਾਤ ਉਹ ਬੰਦੇ ਬੜੇ ਲੱਗਦੇ ਉਹ ਸਾਹਿਬ ਨਾਲ ਜੁੜੇ ਹੋ ਕਿ ਹੈਨੀ ਸਾਹਿਬ ਦਿਨ ਕਹਿਣ ਦਿਨ ਹੈ ਤਾਂ ਰਾਤ ਘਰ ਆਉਣ, ਇਹਦੇ ਬਾਰੇ ਕਿਹਾ ਅਗਰ ਤੁਹਾਡੀ ਵਾਈਫ ਹੀ ਅਗਰ ਦਿਨ ਨੂੰ ਦਿਨ ਕਹੇ ਰਾਤ ਨੂੰ, ਉਹਨਾਂ ਦਾ ਤੁਸੀਂ ਸਹਿਯੋਗ ਨਹੀਂ ਦਿੱਤਾ ਕਿ ਉਹ ਵੀ ਉਸ ਤਰੀਕੇ ਨਾਲ, ਉਹਨਾਂ ਨੂੰ ਵੀ ਸਾਹਿਬ ਮੰਨਦੇ ਕਿ ਉਹਨਾਂ ਨੂੰ ਸਾਹਿਬ ਨਹੀਂ ਮੰਨਦੇ? ਨਹੀਂ ਨਹੀਂ, ਮੰਨੀ ਦਾ ਹੀ ਹੈ ਜੀ, ਘਰਦਿਆਂ ਤੋਂ ਪਹਿਲਾਂ ਮੰਨੀ ਦਾ, ਘਰਦੇ ਦੇ ਤਾਂ ਹੀ ਚੱਲਦਾ ਚੈਨਲ ਜੇ ਘਰਦਿਆਂ ਨੂੰ ਮੰਨੀਏ। ਬਿਲਕੁਲ ਜੀ। ਗੋਗਾ ਜੀ, ਤੁਸੀਂ ਸਾਡੇ ਦਰਸ਼ਕਾਂ ਨੂੰ ਕੁਛ ਜੋ ਸਾਰਾ ਪ੍ਰੋਗਰਾਮ ਦੇਖ ਰਹੇ ਉਹਨਾਂ ਨੂੰ ਕੁਛ ਕਹਿਣਾ ਚਾਹੁੰਦੇ ਹੋ? ਨਸ਼ਿਆਂ ਬਾਰੇ ਕੁਛ ਕਹਿਣਾ ਚਾਹੁੰਦੇ ਹੋ ਜਾਂ ਕੁਛ? ਅਸੀਂ ਤਾਂ ਕਹਿੰਦੇ ਜੀ, ਇੱਕ ਤਾਂ ਇਹ ਬੜੀ ਮਿਹਨਤ ਕਰ ਰਹੇ ਨੇ ਲੜਕੇ, ਇਸ ਤਰ੍ਹਾਂ ਹੀ ਲੋਕਾਂ ਦੇ ਵਿੱਚ ਵਿਚਰ ਕੇ ਅਤੇ ਲੋਕਾਂ ਨੂੰ ਦੱਸਣ, ਨਸ਼ਿਆਂ ਦੇ ਵਿੱਚ ਤਾਂ ਦੁਨੀਆ ਜਿਹੜੀ ਉਹ ਤਬਾਹ ਹੁੰਦੀ ਜਾਂਦੀ, ਬੱਚੇ ਅੱਜ ਕੱਲ੍ਹ ਦੇ ਜਿਹੜੇ ਆ ਉਹ ਬਹੁਤ ਹੀ ਜ਼ਿਆਦਾ ਵੱਧ ਗਏ ਨੇ, ਇਹਨਾਂ ਨੇ ਅਕਾਲੀਆਂ ਦੇ ਨਸ਼ਾ ਫੈਲਾ ਦਿੱਤਾ ਏਰੀਆ ਦੇ ਵਿੱਚ, ਇਹਨਾਂ ਨੇ ਜੜ੍ਹ ਲਾ ਦਿੱਤੀ ਨਸ਼ੇ ਦੀ, ਬੀ ਜੇ ਪੀ ਅਕਾਲੀਆਂ ਨੇ ਜੜ੍ਹ ਲਾ ਦਿੱਤੀ ਨਸ਼ੇ, ਲੋਕਾਂ ਦੇ ਬੱਚੇ ਮਰ ਰਹੇ ਆ, ਮਾਵਾਂ ਵਹਿਣ ਪਾਉਣ ਰਹੀਆਂ ਨੇ, ਜੋ ਕੁਛ ਇਹਨਾਂ ਕੀਤਾ ਬਹੁਤ ਜ਼ਿਆਦਾ ਇਹ ਕਰ ਰਹੇ ਆ। ਅਤੇ ਨਸ਼ੇ 'ਤੇ ਰੋਕ ਕਿਸ ਤਰੀਕੇ ਨਾਲ ਲੱਗ ਸਕਦੀ? ਦੇਖੋ ਜੀ, ਨਸ਼ੇ ਦੇ ਰੋਕ 'ਤੇ ਵਿੱਚੇ ਇਹਨਾਂ ਦੇ ਪੁਲਿਸਾਂ ਲੜੀਆਂ ਨੇ, ਵਿੱਚੇ ਹੀ ਇਹ ਵਿਕਾ ਰਹੇ ਆ, ਰੋਕ ਤਾਂ ਕੁਦਰਤ ਵਾਲਾ ਹੀ ਲਾਵੇਗਾ ਤਾਂ ਲੱਗੇਗੀ, ਬਾਕੀ ਵੈਸੇ ਰੋਕ ਵਾਲੀ ਕੋਈ ਐਵੇਂ ਕਹਿੰਦੇ ਜੀ ਨਸ਼ਾ ਬੰਦ ਤਾਂ ਕੋਈ ਬੰਦ ਬੰਦ ਨਹੀਂ ਗਾ, ਇਹ ਤਾਂ ਕੁਦਰਤ ਵਾਲਾ ਹੀ ਕਰੇਗਾ ਅਤੇ ਤਾਂ ਹੀ ਹੋਣਾ ਹੈ, ਨਹੀਂ ਦਿੰਦੇ। ਹਰ ਸਰਕਾਰ ਜਦੋਂ ਕੋਈ ਵੀ ਕੋਈ ਸਰਕਾਰ ਆਉਂਦੀ ਹੈ, ਚਾਹੇ ਹੁਣ ਸਰਕਾਰ ਸਾਡੀ ਕੇਜਰੀਵਾਲ ਦੀ ਹੈ ਜਾਂ ਸਾਡੇ ਆਪਣੇ ਹੁਣ ਮੌਜੂਦਾ ਸਰਕਾਰ ਹੈ ਬੀਜੇਪੀ ਦੀ ਜਾਂ ਸਾਡੀ ਮੌਜੂਦਾ ਪੰਜਾਬੀ ਸਰਕਾਰ ਹੈ, ਭ੍ਰਿਸ਼ਟਾਚਾਰ ਕਹਿੰਦੇ ਕਿ ਖਤਮ ਹੋ ਸਕਦਾ ਸੀ, ਖਤਮ ਕਰ ਰਹੇ ਹਾਂ, ਕਿਆ ਤੁਹਾਨੂੰ ਲੱਗਦਾ ਕਿ ਭ੍ਰਿਸ਼ਟਾਚਾਰ ਕਦੇ ਸਾਡੇ ਪੰਜਾਬ 'ਚ ਕਦੇ ਖਤਮ ਹੋ ਸਕਦਾ ਜਾਂ ਦੁਨੀਆਂ 'ਚ ਕਦੇ ਖਤਮ ਹੋਵੇਗਾ? ਦੇਖੋ ਜੀ, ਭ੍ਰਿਸ਼ਟਾਚਾਰ ਖਤਮ ਹੋਣ ਵਾਲੀ ਕੋਈ ਗੱਲ ਨਹੀਂ, ਜਿਹੜੀ ਆ 9 ਸਾਲਾਂ ਦੇ ਵਿੱਚ ਭ੍ਰਿਸ਼ਟਾਚਾਰ ਹੋਇਆ, ਸਾਡੀ ਇੰਨੀ ਉਮਰ ਹੋ ਗਈ ਹੈ, ਅਸੀਂ ਇਹ ਪਹਿਲਾਂ ਵੇਖਿਆ ਹੀ ਨਹੀਂ, ਘਰ ਦੇ ਸਾਰੇ ਹੀ ਨੇ
पर जो इन्हें खीर ही करती है नौ सालों के नहीं आते भी कांग्रेस ही नहीं करते बिच बिच कि करते टावा टावा बाकी इन्होंने खीर करती देखो जी एक मेरी भतीजी है लफ्टिनेंट करों भर्ती होगी उत्थे बाहर अमरीका च एक मेरा अपना ताए का लड़का इत्थे ही अफसर छड़ के चला गया एक मेरी सिस्टर ताए की लड़की वर्ल्ड बैंक की अफसर है जी मतलब दुनिया के वर्ल्ड बैंक को भी बड़ी अफसर होर भी भतीजियां भतीजे बेटा भी अपना बाहर बेटा मेरा बाहर है एंड अपने भतीजे भतीजियां बेटे नु अपनी फैमिली बधाई जां कोई मैसेज देना चाहंदे तुसीं दी मैं तो कहना जी उन्होंने महाराज दया करे ते चढ़दियां कला च रहन ते चंगे काम करन बस एहो ही मैं दुआ करदा दोस्तों देर तां नहीं करदा गुरमीत सिंह जी गोगा नालों मतलब गलबात खत्म करन नु फिर भी समा इजाजत नहीं दिंदा तद तक लई सानू इजाजत दिओ सत श्री अकाल दोस्तों एक प्रोग्राम एक मुलाकात आमने सामने अगली बार फिर किसी शख्सियत महान शख्सियत ना मुलाकात करा मेरे तक इजाजत सत श्री अकाल।